بسم اللہ الرحمن الرحیم السلام علیکم ویورز کی حال نمیدے سارے ٹھیک ہون گے اللہ تعالی ساریاں نو اپنے کرنج خوش رکھے آباد رکھے آمین ثوما آمین جے تھی ویورز اج بنائی ہے اپا ایگ فرائیڈ رائس چائنیز رائس جو مرضی کہہ لو انہاں نو بہت ہی مزیدار بنایا تے ہر کسے نو یہ پسند آندے ہیں بچیاں نو وڈیاں نو ہر کسے نو اچھے لگدے ہیں چاول کھانا تے جدی ایگ فرائیڈ رائس بنائی دے او ہور زیادہ اچھے لگدے ہیں تے اتے واسطے اپا لے ائے ہے سبز پیاز اے دیکھو اپو کا سمیت لے لیا ہے ਸ਼ਿਮ ਲਮੇਸ ਲੈ ਆ ਟਮਾਟਰ ਲੈ ਆ ਤੇ ਇਹ ਦੇਖੋ ਤੁਸੀਂ ਸਾਰੀਆਂ ਚੀਜ਼ਾਂ ਆਪਾਂ ਕਯੂਬ ਕੱਟ ਕੀਤੀਆਂ ਵਾ ਇਹਨਾਂ ਨੂੰ ਜੂਲੀਅਨ ਕੱਟ ਨਹੀਂ ਕੀਤਾ ਜਿਸ ਤਰੀਕੇ ਨਾਲ ਤੁਸੀਂ ਸਬਜ਼ੀਆਂ ਕੱਟਣੀਆਂ ਵਾ ਉਸੇ ਸ਼ੇਪ ਦੇ ਵਿੱਚ ਤੁਸੀਂ ਇੰਦਰਾਨਾ ਚਿਕਨ ਆ ਉਹਨੂੰ ਕਯੂਬ ਕੱਟ ਕਰਨਾ ਇਹ ਦੇਖੋ ਜਿਹੜੀ ਗਾਜਰ ਆ ਉਹਨੂੰ ਕਯੂਬ ਕੱਟ ਕਰ ਲਿਆ ਵਾ ਤੇ ਇਹ ਬੰਦ ਗੋਭੀ ਆ ਇਹਨੂੰ ਵੀ ਕਯੂਬ ਕੱਟ ਕਰ ਲਿਆ ਵਾ ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਜੇ ਤੁਸੀਂ ਵਧਾਉਣਾ ਘਟਾਉਣਾ ਚਾਹੋ ਤੇ ਕਟਾ ਸਕਦੇ ਹੋ ਤੇ ਇਹ ਚਿਕਨ ਲਸਣ ਅਦਰਕ ਦਾ ਪੀਸਟ ਆ ਸੋਰੀ ਅਦਰਕ ਨਹੀਂ ਸਿਰਫ ਲਸਣ ਆ ਤੇ ਹੁਣ ਆਪਾਂ ਪਹਿਲੇ ਚਾਵਲ ਬੋਇਲ ਕਰ ਲੈਣੇ ਆ ਚਾਵਲ ਬੋਇਲ ਕਰਨ ਵਾਸਤੇ ਮੈਂ ਫੁੱਲ ਗਰਮ ਪਾਣੀ ਕਰ ਲਿਆ ਵਾ ਤੇ ਦੇ ਵਿੱਚ ਤਿੰਨ ਲੌਂਗ ਸ਼ਾਮਿਲ ਕਰ ਦਿੱਤੇ ਆ ਚਾਵਲ ਬੋਇਲ ਕਰਨ ਦਾ ਤਰੀਕਾ ਫੁੱਲ ਦੇਖਿਓ ਤਾਂ ਕਿ ਤੁਹਾਡੇ ਚਾਵਲ ਵੀ ਅੱਛੇ ਬਣਨ ਇੱਕ ਵੱਡੀ ਇਲਾਇਚੀ ਸ਼ਾਮਿਲ ਕਰ ਦਿੱਤੀ ਆ ਨਮਕ ਸ਼ਾਮਿਲ ਕਰ ਦਿੱਤਾ ਵਾ ਇਹ ਮੇਰੇ ਕੋਲ 1 ਕਿਲੋ ਚਾਵਲ ਸੀਗੇ ਤੇ ਮੈਂ ਇਦੇ ਵਿੱਚ 2 ਚਮਚ ਨਮਕ ਦੇ ਪਾਏ ਆ ਤੇ 2 ਛੋਟੀਆਂ ਇਲਾਇਚੀਆਂ ਪਾ ਦਿੱਤੀਆਂ ਨਮਕ ਤੇ 2 ਚਮਚ ਪਾਣੀ ਇਸ ਲਈ ਜ਼ਰੂਰੀ ਆ ਕਿ ਚਾਵਲਾਂ ਦੇ ਵਿੱਚ ਫੇ ਫੀਕਾ ਪੀਕਾ ਟੇਸਟ ਨਹੀਂ ਆਏਗਾ ਇੱਕ ਚਮਚ ਭਰ ਕੇ ghee ਦਾ ਪਾ ਦਿੱਤਾ ਵਜੇ ਤੁਸੀਂ oil 'ਚ ਬਣਾਉਣਾ ਚਾਹੋ ਤੇ ਤੁਸੀਂ oil ਪਾ ਲਿਓ ਤੇ ਇਹ ਹੁਣ ਚਾਵਲਾਂ ਨੂੰ ਜੁੜਨ ਤੋਂ ਬਚਾਣ ਲਈ ਇਹਦੇ ਵਿੱਚ ਤਕਰੀਬਨ 2 ਚਮਚ ਮੈਂ ਸਿਰਕੇ ਦੇ ਪਾ ਦਿੱਤੇ ਆ white vinegar ਜਿਹੜਾ ਆਪਾਂ ਚਿਕਨ ਵਗੈਰਾ ਧੋਣ ਦੇ ਵਿੱਚ ਇਸਤੇਮਾਲ ਕਰਦੇ ਆ ਤੇ ਚਾਵਲ ਤਕਰੀਬਨ ਅੱਧਾ ਘੰਟਾ ਪਹਿਲੇ ਮੈਂ ਪੇਕ ਕੇ ਰੱਖ ਦਿੱਤੇ ਸੀ ਕਿ ਬਿਸਮਿਲਲਾਹਿ ਰਹਿਮਨ ਰਹਿਮੀ ਚਾਵਲ ਪਾ ਦਿੱਤੇ ਆ ਜੇ ਤੁਹਾਡੇ ਚਾਵਲਾਂ 'ਚ ਵੀ ਪੁਰਾਣੇ ਚਾਵਲ ਦੀ 스멜 ਵਗੈਰਾ ਆਂਦੀ ਹੈ ਤੇ ਉਹਦੇ ਵਾਸਤੇ ਤੁਸੀਂ ਚਾਵਲਾਂ ਨੂੰ ਪਹਿਲੇ ਅੱਛੇ ਤਰੀਕੇ ਨਾਲ ਧੋਲਿਆ ਕਰੋ 5-6 ਪਾਣੀ ਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਨੂੰ ਭਗੋਇਆ ਕਰੋ ਫਿਰ ਚਾਵਲਾਂ ਦੇ ਵਿੱਚ ਪੁਰਾਣੇ ਦਾ ਜਿਹੜਾ ਨਾ ਹਮਕ ਜਿਹਾ ਹੁੰਦਾ ਵਾ ਉਹ ਨਹੀਂ ਆਂਦਾ ਤੇ ਹੁਣ ਇਹਨਾਂ ਨੂੰ ਆਪਾਂ ਫੁੱਲ ਡਨ ਕਰਨਾ ਲੇਕਿਨ ਫੁੱਲ ਡਨ ਕਿਸ ਤਰ੍ਹਾਂ ਕਰਨਾ ਬਿਲਕੁਲ ਫਲੇਮ ਔਨ ਕਰਕੇ ਫੁੱਲ ਡਨ ਨਹੀਂ ਕਰਨਾ ਇਹ ਦੇਖੋ ਮਾਸ਼ਾਅੱਲਾ ਚਾਵਲ ਤਕਰੀਬਨ ਆਪਣੇ ਜਿਹੜੇ ਆ ਇਹ ਦੇਖੋ ਡਨ ਹੋ ਗਏ ਆ ਤਕਰੀਬਨ ਤਕਰੀਬਨ ਤੇ ਹੁਣ ਆਪਾਂ ਕੀ ਕਰਨਾ ਵਾ ਜਦੋਂ ਇਹ ਤਕਰੀਬਨ 80% ਕੁਕ ਹੋ ਜਾਣਗੇ ਤੇ ਫਲੇਮ ਬੰਦ ਕਰ ਦੇਾਂਗੇ 80% ਚਾਵਲ ਆ ਦੇਖੋ ਹੁਣ ਚਾਵਲ ਜਿਹੜੇ 80% ਕੁਕ ਹੋ ਗਏ ਆ ਤੇ ਹੁਣ ਆਪਾਂ ਇਹਦਾ ਚਾਵਲ ਦਾ ਜਿਹੜਾ ਚੁੱਲਾ نیچےੋਂ ਬੰਦ ਕਰ ਦੇਾਂਗੇ ਤੇ 3-4 ਮਿੰਟ ਲਈ ਇਸੇ ਤਰ੍ਹਾਂ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਪੈ ਰਹਿਣ ਦੇਣਗੇ ਇਹਦੇ ਨਾਲ ਕੀ ਹੋਏਗਾ ਕਿ ਇਹਦੇ ਨਾਲ ਤੁਹਾਡੇ ਚਾਵਲ ਜਿਹੜੇ ਜੁੜਣਗੇ ਨਹੀਂ ਬਿਲਕੁਲ ਇਹ ਦੇਖੋ ਮਾਸ਼ਾਅੱਲਾ ਹੁਣ ਚਾਵਲ ਫੁੱਲ ਡਨ ਵੀ ਹੋ ਗਏ ਆ ਤੇ ਇਹ ਹੁਣ ਆਪਸ ਚ ਜੁੜਣਗੇ ਵੀ ਨਹੀਂ ਕਿਉਂਕਿ ਜੇ ਆਪਾਂ ਜ਼ਿਆਦਾ ਕੁੱਕ ਕਰ ਲਈਏ ਤੇ ਫਿਰ ਉਸ ਜ਼ਿਆਦਾ ਜਿਹੜੇ ਨਾ ਕੁੱਕ ਕੀਤੇ ਹੋਏ ਚਾਵਲੋਂ ਟੇਸਟ ਵੀ ਅੱਛਾ ਨਹੀਂ ਬਣਦਾ ਤੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਕੋਈ ਜਾਲੀ ਦਾ ਲੈ ਕੇ ਬਰਤਨ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਗਰਮ ਚੀਜ਼ ਵਾਸਤੇ ਪਲਾਸਟਿਕ ਦਾ ਬਰਤਨ ਨਾ ਇਸਤੇਮਾਲ ਕਰਿਆ ਕਰੋ ਕਿਤੇ ਮਜਬੂਰੀ ਹੋਵੇ ਤੇ ਕਰਨਾ ਪਿਆ ਵੀ ਜਾਂਦਾ ਤੇ ਇਹ ਮੇਰੇ ਕੋਲ ਸਟੇਨਰ ਆ ਬੜਾ ਚਾਵਲ ਛਾਨਣ ਵਾਲਾ ਤੇ ਇਹਨੂੰ ਮੈਂ ਛਾਨ ਕੇ ਤੇ ਦੁਬਾਰਾ ਉਹਦੇ ਉੱਪਰ ਲਿਡ ਲਾ ਦਿੱਤਾ ਤਾਂ ਕਿ ਜੇ ਥੋੜੀ-ਬਹੁਤ ਕਸਰ ਹੋਏਗੀ ਤੇ ਉਹ ਜਿਹੜੀ ਆ ਭਾਪ ਬਾਹਰ ਨਹੀਂ ਨਿਕਲੇਗੀ ਉਹ ਆਪਣੀ ਹੀਟ ਦੇ ਵਿੱਚ ਜਿਹੜੇ ਆ ਉਹ ਸਹੀ ਹੋ ਜਾਣਗੇ ਇਸ ਤਰੀਕੇ ਨਾਲ ਤੁਹਾਡੇ ਚਾਵਲ ਬਿਲਕੁਲ ਵੀ ਜੁੜਨਗੇ ਨਹੀਂ ਤੇ ਨਾ ਹੀ ਇਹ ਕੱਚੇ ਰਹਿਣਗੇ ਤੇ ਹੁਣ ਆਪਾਂ ਪੰਜ ਝੰਡੇ ਲਾਏ ਆ ਇੱਥੇ 6 ਸੀ ਸ਼ਾਇਦ ਤੇ ਉਹਨਾਂ ਨੂੰ ghee ਗਰਮ ਕਰਕੇ ਤੇ ਸਾਰਿਆਂ ਨੂੰ ਉਹਦੇ ਵਿੱਚ ਇੱਕ ਹੀ ਦਫ਼ਾ ਪਾ ਲੈਣਾ ਤੇ ਅੱਛੇ ਤਰੀਕੇ ਦੇ ਨਾਲ ਅੰਡੇ ਨੂੰ ਫਰਾਈ ਕਰਨਾ ਤਾਂ ਕਿ ਇਹਨਾਂ ਦਾ ਕੱਚਾਪਨ ਜਿਹੜਾ ਵਾ ਕੱਚੀ ਉਹ ਖਤਮ ਹੋ ਜਾਵੇ ਤੇ ਹੁਣ ਇਹਨਾਂ ਨੂੰ ਆਪਾਂ ਪਲੇਟਸ ਕਰ ਲਿਆਂਗੇ ਥੋੜੇ ਥੋੜੇ ਵੱਡੇ ਵੱਡੇ ਟੁਕੜੇ ਰਹਿਣ ਦੇਣੇ ਬਹੁਤ ਜ਼ਿਆਦਾ ਛੋਟਾ ਨਹੀਂ ਕਰਨਾ ਇਹਨੂੰ ਤੇ ਹੁਣ ਆਪਾਂ ਥੋੜਾ ਜਿਹਾ ghee ਹੋਰ ਪਾ ਲਿਆ ਵਾ ਤੇ ਉਹਦੇ ਵਿੱਚ ਹੁਣ ਲਸਣ ਜਿਹੜਾ ਬਿਲਕੁਲ ਪਰੀਕ ਕੁੱਟਿਆ ਹੋਇਆ ਸ਼ਾਮਿਲ ਕਰ ਦਿੱਤਾ ਲਸਣ ਦਾ ਕੱਚਾਪਨ ਖਤਮ ਹੋ ਜਾਵੇ ਤੇ ਆਪਾਂ ਚਿਕਨ ਸ਼ਾਮਿਲ ਕਰ ਦੇਣਾ ਵਾ ਚਿਕਨ ਨੂੰ ਵੀ ਅੱਛੇ ਤਰੀਕੇ ਨਾਲ ਪਹਿਲੇ ਵਿਨੇਗਰ ਵਗੈਰਾ ਲਾ ਕੇ ਤੇ ਧੋ ਲਿਆ ਕਰੋ ਤੇ 10-15 ਮਿੰਟ ਲਈ ਇਹਨੂੰ ਨਮਕ ਵਾਲੇ ਪਾਣੀ 'ਚ ਜਿਪੇ ਕੇ ਰੱਖ ਦਿਓ ਤੇ ਫਿਰ ਹੋਰ ਜ਼ਿਆਦਾ ਅੱਛੀ ਗੱਲ ਹੈ ਤੇ ਹੁਣ ਆਪਾਂ ਇਹਦੇ ਵਿੱਚ ਮਟਰ ਸ਼ਾਮਿਲ ਕਰ ਦਿੱਤੇ ਨੇ ਸਬਜ਼ੀਆਂ ਸਾਰੀਆਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਹੋ ਵੱਧ ਘੱਟ ਕਰ ਸਕਦੇ ਹੋ ਮਟਰ ਥੋੜੇ ਸਖਤ ਨੇ ਤੇ ਗਾਜਰਾ ਇਸ ਲਈ ਉਹਨਾਂ ਨੂੰ ਆਪਾਂ ਚਿਕਨ ਦਾ ਕਲਰ ਚੇਂਜ ਹੋਇਆ ਤੇ ਨਾਲ ਹੀ ਉਹਦੇ ਵਿੱਚ ਸ਼ਾਮਿਲ ਕਰ ਦਿੱਤਾ ਮਾਸ਼ਾਅੱਲਾ ਕਿੰਨਾ ਜ਼ਬਰਦਸਤ ਲੱਗ ਰਿਹਾ ਨੇ ਦੋਨੇ ਤਿੰਨੇ ਕਲਰ ਕਲਰ ਕੰਬੀਨੇਸ਼ਨ ਜ਼ਬਰਦਸਤ ਜਿਹਾ ਹੋ ਗਿਆ ਚਾ ਮੱਚਾ ਲਾ ਕੇ ਇਹਨਾਂ ਫਰਾਈ ਕਰਾਂਗੇ ਤੇ ਮਾਸ਼ਾਅੱਲਾ ਗਾਜਰ ਜਿਹੜੀ ਹੈ ਉਹ ਵੀ ਆਪਣੀ ਤਕਰੀਬਨ ਕੁੱਕ ਹੋ ਗਈ ਆ ਤੇ ਹੁਣ ਇਹਦੇ ਵਿੱਚ ਆਪਾਂ ਸ਼ਿਮਲਾ ਮਿਰਚ ਸ਼ਾਮਲ ਕਰ ਦਿੱਤੀ ਹੈ ਇਹ ਮੇਰੇ ਕੋਲ ਟਮਾਟਰ ਨਹੀਂ ਸੀ ਮੇਰੇ ਜ਼ੇਨ ਚ ਨਹੀਂ ਰਿਹਾ ਸ਼ਿਮਲਾ ਮਿਰਚ ਹੀ ਹੈ ਇੱਕ ਰੈੱਡ ਕਲਰ ਦੀ ਹੈ ਇੱਕ ਗ੍ਰੀਨ ਕਲਰ ਦੀ ਹੈ ਪਹਿਲੇ ਉਦੋਂ ਮੈਂ ਤੁਹਾਨੂੰ ਦੱਸਿਆ ਤੇ ਮੇਰੇ ਜ਼ੇਨ ਚ ਨਹੀਂ ਰਿਹਾ ਤੇ ਉਹ ਟਮਾਟਰ ਨਹੀਂ ਸੀਗੇ ਤੇ ਇਹ ਜਿਹੜੀਆਂ ਵਾ ਸਬਜ਼ ਪਿਆਜ਼ ਵੀ ਸ਼ਾਮਲ ਕਰ ਦਿੱਤਾ ਹੁਣ ਆਪਾਂ ਜਦੋਂ ਆਪਣੀਆਂ ਗਾਜਰਾਂ ਤੇ ਮਟਰ ਗਲ ਗਏ ਤੇ ਗੋਭੀ ਵੀ ਸ਼ਾਮਲ ਕਰ ਦਿੱਤੀ ਹੈ ਗੋਭੀ ਨੂੰ ਤੇ ਸਬਜ਼ ਪਿਆਜ਼ ਨੂੰ ਬਿਲਕੁਲ ਐਂਡ ਤੇ ਸ਼ਾਮਲ ਕਰਨਾ ਤਾਂ ਕਿ ਇਹ ਬਿਲਕੁਲ ਗਲਨ ਨਾ ਗੋਭੀ ਦਾ ਜਿਹੜਾ ਕਰੰਚ ਆ ਉਹ ਅੱਛਾ ਲੱਗਦਾ ਹੁੰਦਾ ਵਾ ਤੇ तकरीबन बस थोड़ा सा नमक मैं शामिल ਕੀਤਾ ہوا ਅਧਕ ਚਮਚ ਸਿਰਫ ਇਹਨਾਂ ਸਬਜ਼ੀਆਂ ਦੇ ਵਾਸਤੇ ਚਾਵਲਾਂ ਦਾ ਮੈਂ ਉੱਥੇ ਸ਼ਾਮਲ ਕਰ ਦਿੱਤਾ ਸੀ ਜਦੋਂ ਚਾਵਲ ਬੋਇਲ ਕੀਤੇ ਆ ਤੇ ਅੱਧਾ ਚਮਚ ਮੈਂ ਵਾਈਟ ਮਿਰਚ ਪਾਈ ਆ ਜਿਹੜੀ ਸਫੇਦ ਮਿਰਚ ਹੁੰਦੀ ਆ ਤੇ ਅੱਧਾ ਚਮਚ ਮੈਂ ਕਾਲੀ ਮਿਰਚ ਪਾਈ ਆ ਤੁਸੀਂ ਚਾਹੋ ਤੇ ਕੱਲੀ ਕਾਲੀ ਮਿਰਚ ਵੀ ਪਾ ਸਕਦੇ ਹੋ ਜਾਂ ਕੱਲੀ ਸਫੇਦ ਵੀ ਪਾ ਸਕਦੇ ਹੋ ਤੇ ਸੋਇਆ ਸੌਸ ਪਾਤੀ ਆ 2 ਚਮਚ 2 ਚਮਚ ਸਿਰਕੇ ਦੇ ਸ਼ਾਮਲ ਕਰ ਦਿੱਤੇ ਆ ਤੇ ਹੁਣ ਆਪਾਂ ਅੰਡਾ ਜਿਹੜਾ ਫਰਾਈ ਕਰਕੇ ਰੱਖਿਆ ਸੀ ਬਿਲਕੁਲ ਲਾਸਟ ਇਹਨੂੰ ਪਾ ਦਿਆਂਗੇ ਅੰਡੇ ਦੇ ਪੀਸ ਤੇ ਇੱਕ ਲੋ ਵਡਾ-ਵਡਾ ਰੱਖਨੇ ਆ ਤੁਸੀਂ ਇਹਨੂੰ ਬਿਲਕੁਲ ਛੋਟੇ ਨਹੀਂ ਕਰਨਾ ਤੇ ਹੁਣ ਜਿਹੜੇ ਆਪਾਂ ਚਾਵਲ ਬੋਇਲ ਕਰਕੇ ਦੇਖੀਏ ਦੇਖੋ ਮਾਸ਼ਾਅੱਲਾ ਜ਼ਬਰਦਸਤ ਕੋਈ ਚਾਵਲ ਜੁੜਿਆ ਨਹੀਂ ਤੇ ਹਰ ਚਾਵਲ ਕੱਲਾ-ਕੱਲਾ ਵਾ ਹਾਲਾਂਕਿ ਇਹ ਆਮ ਜਿਹੜੇ ਸ਼ਾਪ ਤੋਂ ਚਾਵਲ ਮਿਲਦੇ ਆ ਉਹੀ ਚਾਵਲ ਨੇ ਇਹ ਕੋਈ ਬ੍ਰਾਂਡ ਦੇ ਚਾਵਲ ਨਹੀਂ ਹੈਗੇ ਕਿ ਜਿਹੜਾ ਹੁਣ ਦਾ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਤੇ ਹੁਣ ਇੱਥੇ ਇੱਕ ਅਹਿਮ ਗੱਲ ਕਿ ਕੁਝ ਲੋਕ ਇੱਥੇ ਇਹਨੂੰ ਦਮ ਦੇ ਦਿੰਦੇ ਆ ਹਾਲਾਂਕਿ ਇਹਨਾਂ ਨੂੰ ਦਮ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਰੈਸਟੋਰੈਂਟ ਵਗੈਰਾ ਤੇ ਜਦੋਂ ਜਾਣੇ ਆ ਉਹਨਾਂ ਨੇ ਇਸੇ ਤਰ੍ਹਾਂ ਸਬਜ਼ੀਆਂ ਤੇ ਚਾਵਲ ਉਹਨਾਂ ਦੇ ਬੋਇਲ ਕੀਤੇ ਹੁੰਦੇ ਉਹ ਸਿਰਫ ਆਪਾਂ ਨੂੰ ਮਿਕਸ ਕਰਕੇ ਤੇ ਗਰਮ ਕਰਕੇ ਵੀ ਜਿਦਾਂ ਦੇ ਦੇ ਦਿੰਦੇ ਆ ਤੇ ਇੱਥੇ ਤੁਸੀਂ ਚਾਹੋ ਤੇ ਦਮ ਲਾ ਲਿਓ ਲੇਕਿਨ ਮੈਂ ਇਹਨੂੰ ਦਮ ਨਹੀਂ ਲਾਇਆ ਇਹ ਮਾਸ਼ਾਅੱਲਾ ਜ਼ਬਰਦਸਤ ਜੀ ਫਾਈਨਲ ਲੁੱਕ ਆਪਣੇ ਐਡ ਫਰਾਈਡ ਰਾਈਸ ਦੀ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਦਾ ਚੈਨਲ ਸਬਸਕ੍ਰਾਈਬ ਕਰਕੇ ਜਾਇਆ ਜੇ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਚ ਉਦੋਂ ਤੱਕ ਲਈ ਅੱਲਾ ਹਾਫਿਜ਼